ਦੋਸਤੋ, ਹਰ ਖੇਤਰ ਦੇ ਆਪੋ ਆਪਣੇ ਸ਼ਹੀਦ ਹੁੰਦੇ ਹਨ। ਅੱਜ ਗੱਲ ਕਰਦੇ ਹਾਂ ਪੰਜਾਬੀ ਗਾਇਕੀ ਦੇ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਦੇ ਜੀਵਨ ਉੱਪਰ ਆਧਾਰਿਤ, ਜੋ ਕਿ ਬਲਰਾਜ ਸਿੰਘ ਸਿੱਧੂ ਦੀ ਕਿਤਾਬ ਸ਼ਹੀਦ ਵਿੱਚ ਲਿਖਿਆ ਗਿਆ ਹੈ। ਕਿਵੇਂ ਸ਼ੌਹਰਤ ਦੀ ਪੌੜੀ ਦਾ ਖਿਤਾਬ ਜਿੱਤਿਆ ਅਤੇ ਅੱਜ ਸਾਡੇ ਸਾਰਿਆਂ ਦੇ ਦਿਲ ਦੀ ਧੜਕਣ ਬਣੇ ਸ਼ਹੀਦ ਅਮਰ ਸਿੰਘ ਚਮਕੀਲਾ ਜੀ। ਆਓ ਸੁਣਦੇ ਹਾਂ ਸ਼ੌਹਰਤ ਦੀ ਪੌੜੀ। ਪਹਿਲੇ ਹੀ ਏਪੀ ਨਾਲ ਅਮਰ ਸਿੰਘ ਚਮਕੀਲੇ ਨੇ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਇੱਕ ਤਹਿਲਕਾ ਮਚਾ ਦਿੱਤਾ ਸੀ। ਕਲਾਕਾਰਾਂ ਨੇ ਇਸ ਵੱਲ ਕੋਈ ਬਹੁਤੀ ਤਵੱਜੋ ਨਾ ਦਿੱਤੀ, ਜਾਂ ਕਹਿ ਲਓ ਉਹ ਧਿਆਨ ਦੇਣਾ ਨਹੀਂ ਸੀ ਚਾਹੁੰਦੇ। ਇਸ ਵੇਲੇ ਸਥਾਪਿਤ ਕਲਾਕਾਰਾਂ ਨੂੰ ਚਮਕੀਲੇ ਤੋਂ ਕੋਈ ਬਹੁਤਾ ਖਤਰਾ ਮਹਿਸੂਸ ਨਹੀਂ ਸੀ ਹੋਇਆ। ਚਮਕੀਲੇ ਅਤੇ ਸੁਰਿੰਦਰ ਸੋਨੀਆ ਕੋਲ ਪ੍ਰੋਗਰਾਮਾਂ ਦੀ ਝੜੀ ਲੱਗ ਗਈ ਸੀ। ਚਮਕੀਲੇ ਦੇ ਗੀਤ ਹਰ ਤਰਫ ਵੱਜਣ ਲੱਗ ਗਏ ਸਨ। HMV ਵਾਲਿਆਂ ਨੇ ਤੇਜ਼ੀ ਨਾਲ ਚਮਕੀਲੇ ਦੇ ਗੀਤ ਵਿਕਦੇ ਦੇਖੇ ਤਾਂ ਉਹਨਾਂ ਨੇ ਚਮਕੀਲੇ ਨੂੰ ਘੱਟੋ ਘੱਟ 20 ਗੀਤ ਹੋਰ ਤਿਆਰ ਕਰਨ ਲਈ ਕਹਿ ਦਿੱਤਾ ਸੀ। ਚਮਕੀਲੇ ਦੇ ਅਤੇ ਸੋਨੀਆ ਨੂੰ ਪ੍ਰੋਗਰਾਮਾਂ ਤੋਂ ਵੇਲ ਨਹੀਂ ਸੀ ਮਿਲਦਾ। ਰਿਕਾਰਡਿੰਗ ਲਈ ਤਾਂ ਸੋਚਣ ਦਾ ਵੀ ਉਹਨਾਂ ਕੋਲ ਵਕਤ ਹੀ ਨਹੀਂ ਸੀ ਹੁੰਦਾ, ਲੇਕਿਨ ਚਮਕੀਲੇ ਨੇ ਪ੍ਰੋਗਰਾਮਾਂ ਨਾਲੋਂ ਰਿਕਾਰਡਿੰਗ ਕਰਨ ਨੂੰ ਤਰਜੀਹ ਦਿੱਤੀ ਅਤੇ ਉਸਨੇ ਸੋਨੀਆ ਨੂੰ ਵੀ ਇਸ ਪਾਸੇ ਵੱਲ ਤਵੱਜੋ ਦੇਣ ਲਈ ਕਿਹਾ ਸੀ। ਫੁਰਸਤ ਕੱਢ ਕੇ ਚਮਕੀਲੇ ਨੇ ਸੋਨੀਆ ਨਾਲ 4 ਗੀਤ ਹੋਰ ਤਿਆਰ ਕੀਤੇ ਸਨ। ਇੱਕ ਕੁੜਤੀ, 7 ਰੰਗ ਦੀ, ਬਾਪੂ ਸਾਡਾ ਗੁੰਮ ਹੋ ਗਿਆ, ਠੇਕੇ 'ਤੇ ਘਰ ਪਾ ਲੈਣਾ ਅਤੇ ਆਟੇ ਵਾਂਗ ਗੁੰਨਤੀ ਬਗਾਨੇ ਪੁੱਤ ਨੇ। ਬਾਪੂ ਸਾਡਾ ਗੁੰਮ ਹੋ ਗਿਆ ਗੀਤ ਦੀ ਤਿਆਰੀ ਕਰਦਿਆਂ ਸੋਨੀਆ ਨੇ ਝੱਕਦਿਆਂ ਝੱਕਦਿਆਂ ਚਮਕੀਲੇ ਨੂੰ ਕਿਹਾ ਸੀ, ਇਸ ਗੀਤ ਦੀਆਂ ਲਾਈਨਾਂ ਥੋੜ੍ਹੀਆਂ ਠੰਡੀਆਂ ਕਰ ਲੈ, ਲੋਕਾਂ ਨੂੰ ਹਜਮ ਹੋਜੂ। ਚਮਕੀਲਾ ਝੱਟ ਬੋਲ ਪਿਆ ਸੀ, ਸਾਡੇ ਪਿੰਡਾਂ ਵਿੱਚ ਇਹੋ ਜਿਹਾ ਕੁਝ ਹੀ ਚੱਲਦਾ, ਲੋਕਾਂ ਨੇ ਤਾਂ ਡਕਾਰ ਵੀ ਨਹੀਂ ਮਾਰਨਾ। ਸੋਨੀਆ ਚੁੱਪ ਕਰ ਗਈ ਸੀ। ਸੋਨੀਆ ਨੂੰ ਆਟੇ ਵਾਂਗੂ ਗੁੰਨਤੀ ਬਗਾਨੇ ਪੁੱਤ ਨੇ ਵਾਲੇ ਗੀਤ ਤੋਂ ਵੀ ਹਿਚਕਾਟ ਸੀ, ਲੇਕਿਨ ਉਸ ਬਾਰੇ ਉਸਨੇ ਚਮਕੀਲੇ ਨੂੰ ਕੁਝ ਨਹੀਂ ਸੀ ਕਿਹਾ। ਜਦੋਂ ਰਿਕਾਰਡਿੰਗ ਕਰਵਾਉਣ ਗਏ ਤਾਂ ਸੋਨੀਆ ਬਹਾਨੇ ਨਾਲ ਜ਼ਹਿਰ ਅਹਿਮਦ ਨੂੰ ਪਾਸੇ 'ਤੇ ਲਿਜਾ ਕੇ ਕਹਿੰਦੀ, ਜ਼ਹਿਰ ਸਾਹਿਬ ਇਹ ਆਟੇ ਵਾਂਗੂ ਗੁੰਨਤੀ ਵਾਲਾ ਗੀਤ ਨਹੀਂ ਚੱਲਣਾ, ਤੁਸੀਂ ਇਹ ਰਿਕਾਰਡ ਨਾ ਕਰੋ, ਜਵਾਬ ਦੇ ਦਿਓ। ਜ਼ਹਿਦ ਅਹਿਮਦ ਹੱਸ ਪਿਆ ਸੀ, ਮੈਡਮ ਮੈਂ ਆਪਣੀ ਸਾਰੀ ਉਮਰ ਇਸੇ ਇੰਡਸਟਰੀ ਵਿੱਚ ਗਾਲੀ ਹੈ, ਮੈਨੂੰ ਪਤਾ ਹੈ ਗੀਤ ਇਹੀ ਚੱਲਣਾ ਹੈ ਅਤੇ ਸਭ ਤੋਂ ਪਹਿਲਾਂ ਰਿਕਾਰਡ ਹੀ ਇਹ ਕਰਨਾ ਹੈ, ਤੁਸੀਂ ਬੇਫਿਕਰ ਹੋ ਕੇ ਰਿਕਾਰਡ ਕਰਵਾ ਦਿਓ, ਗੀਤ ਵਿੱਚ ਕੋਈ ਖਰਾਬੀ ਨਹੀਂ ਹੈ। ਇੱਕ ਸੱਜ ਵਿਆਹੀ ਆਪਣੇ ਪੁਰਾਣੇ ਆਸ਼ਕ ਨੂੰ ਅਸਿੱਧੇ ਤੌਰ 'ਤੇ ਮਗਰੋਂ ਲਾਉਣ ਲਈ ਦੱਸ ਰਹੀ ਹੈ ਕਿ ਉਹ ਆਪਣੇ ਸਹੁਰੇ ਘਰ ਖੁਸ਼ ਹੈ। ਸਰਦੇ ਪੁੱਜਦੇ ਜ਼ਿਮੀਂਦਾਰਾਂ ਦੀਆਂ ਸੁਹਾਣੀਆਂ ਸਾਰਾ ਦਿਨ ਕੰਮ ਧੰਦੇ ਵਿੱਚ ਰੁੱਝੀਆਂ ਰਹਿਣ ਵਾਲੀਆਂ ਮਧੋਲੀਆਂ ਪਾਈਆਂ ਹੁੰਦੀਆਂ ਹਨ, ਉਹਨਾਂ ਦੀਆਂ ਹਾਲਤ ਨੂੰ ਆਟੇ ਵਾਂਗ ਗੁੰਨਣ ਨਾਲ ਤਸ਼ੀਹ ਦਿੱਤੀ ਗਈ ਹੈ, ਕੀ ਮਾੜਾ ਹੈ ਇਸ ਵਿੱਚ। ਕੰਪਨੀ ਨੇ ਜਦੋਂ ਇਹ ਗੀਤ ਜਾਰੀ ਕੀਤੇ ਤਾਂ ਆਉਂਦਿਆਂ ਹੀ ਚਾਰੇ ਦੇ ਚਾਰੇ ਗੀਤ ਹਿੱਟ ਹੋ ਗਏ ਸਨ। ਚਮਕੀਲੇ ਅਤੇ ਸੋਨੀਆ ਪ੍ਰੋਗਰਾਮ ਵਿੱਚ ਹੋਰ ਮਸ਼ਰੂਫ ਰਹਿਣ ਲੱਗ ਪਏ ਸਨ। ਇਸ ਰਿਕਾਰਡਿੰਗ ਨਾਲ ਚਮਕੀਲਾ ਸ਼ੌਹਰਤ ਦੀ ਪੌੜੀ ਦਾ ਇੱਕ ਟੰਬਾ ਹੋਰ ਉੱਪਰ ਚੜ੍ਹ ਗਿਆ ਸੀ।